ਅਸੀਂ ਹੈਗੇ ਆ ਸਟਾਰ ਦਾ ਦਫਾ ਮਿਲਿਆ ਤੇ ਬਹੁਤ ਹੀ ਫੇਮਸ ਪਲੇਸ ਹੈ ਲੋਕ ਉੱਥੇ ਲਾਈਨ ਲਗਾ ਕੇ ਖੜੇ ਹੋਏ 11 ਯੂਰੋ ਕੱਲ੍ਹ ਸਵੇਰੇ ਸਾਡੀ ਫਲਾਈਟ ਹੈ ਇਸ ਕਰਕੇ ਦੁਬਾਰਾ ਪਲੈਨ ਕੀਤਾ ਸਾਗਰਾ ਦਫਾ ਮਿਲਿਆ ਦੇਖਣ ਦਾ ਕਿਉਂਕਿ ਕੱਲ੍ਹ ਜਦੋਂ ਆਏ ਸੀ ਧੁੱਪ ਹੋ ਸੀਗੀ ਅਤੇ ਹੁਣ ਟਾਈਮ ਹੋਇਆ ਆ ਸਵੇਰ ਦੇ 10 ਵਜੇ ਅਤੇ ਵੈਦਰ ਵਧੀਆ ਬ੍ਰੇਕਫਾਸਟ ਪਲੈਨ ਦੇਖ ਲਓ ਸਵੇਰ ਦੇ 10 ਵਜੇ ਯਾਰ ਕਿੰਨਾ ਰੱਛ ਆ ਸਵੇਰੇ ਅਤੇ ਕੱਲ੍ਹ ਦਾ ਸਾਡਾ ਕੋਈ ਐਕਸਪੀਰੀਅੰਸ ਇੰਨਾ ਵਧੀਆ ਨਹੀਂ ਸੀਗਾ ਇਸ ਕਰਕੇ ਸਵੇਰੇ ਸਵੇਰੇ ਬ੍ਰੇਕਫਾਸਟ ਇੱਥੇ ਕਰਾਂਗਾ ਹਾਂਜੀ ਹੈਲੋ 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 ਕੀ ਹਾਲ ਚਾਲ ਸਾਰਿਆਂ ਦਾ ਵਧੀਆ ਅਤੇ ਜਦੋਂ ਤੁਹਾਨੂੰ ਪਤਾ ਹੀ ਅੱਜ ਸਾਡਾ ਤੀਜਾ ਦਿਨ ਆ ਐਂਡ ਅਸੀਂ ਹੈਗੇ ਹਾਂ ਸਟਾਰ ਦਾ ਦਫਾ ਮਿਲਿਓ ਸਵੇਰ ਦੇ 10:30 ਹੋ ਚੁੱਕੇ ਆ ਅਤੇ ਰਕਸ਼ ਤੁਸੀਂ ਦੇਖ ਸਕਦੇ ਹੋ ਕਿੰਨਾ ਮੇਰੇ ਪਿੱਛੇ ਅਤੇ ਸਾਡਾ ਕੋਈ ਅੰਦਰ ਜਾਣ ਦਾ ਕੋਈ ਇੰਟਰਸਟ ਨਹੀਂ ਹੈਗਾ ਅਸੀਂ ਬਾਹਰ ਕਾਫੀ ਸਾਰੇ ਸਪੋਟ 'ਤੇ ਫੋਟੋਆਂ ਖਿੱਚ ਲਈਆਂ ਆ ਅਤੇ ਅੱਜ ਹੈਗਾ ਸਾਡਾ ਲਾਸਟ ਦਿਨ ਕੱਲ੍ਹ ਸਵੇਰ ਦੀ ਸਾਡੀ ਫਲਾਈਟ ਹੈ ਬੈਕ ਟੂ ਮਾਲਟਾ ਐਂਡ ਰਸ਼ ਤੁਸੀਂ ਦੇਖ ਸਕਦੇ ਹੋ ਲੋਕ ਸਵੇਰੇ ਆ ਜਾਂਦੇ ਆ ਅਤੇ ਕਿਉਂਕਿ ਬਾਅਦ ਵਿੱਚ ਫੋਟੋਜ਼ ਵਗੈਰਾ ਲਈ ਜਾਂ ਵੀਡੀਓਜ਼ ਵਗੈਰਾ ਲਈ ਸਪੋਟ ਨਹੀਂ ਮਿਲਦਾ ਅਤੇ ਅਸੀਂ ਵੀ ਬਹੁਤ ਸਾਰੇ ਸਪੋਟ ਹਿਡਨ ਲੱਭੇ ਹੋਏ ਆ ਜਿੱਥੇ ਤੁਸੀਂ ਫੋਟੋਆਂ ਵਧੀਆ ਖਿੱਚ ਸਕਦੇ ਹੋ ਯੂ ਨੋ ਪੀਪਲ ਯੂਜ਼ਿੰਗ ਦੀਸ ਕਾਇੰਡ ਆਫ ਟੂਲਸ ਯੂ ਨੋ ਆਮ ਤੱਕ ਮਤਲਬ ਦਿਸ ਵਨ ਕੰਕਰੀਟ ਵਨ ਐਂਡ ਯਾ ਦਿਸ ਪਲੇਸ ਇਜ਼ ਨੈਕਸਟ ਲੈਵਲ ਆਈ ਥਿੰਕ ਰੀਸੈਂਟਲੀ ਇਹਨਾਂ ਨੇ ਏਂਜਲਸ ਔਰ ਕਾਫੀ ਸਾਰੇ ਸਟੈਚੂਜ ਇੰਸਟਾਲ ਕੀਤੇ ਆ ਆਈ ਥਿੰਕ ਨੈਕਸਟ ਈਅਰ ਦੇ ਮਿਡ ਤੱਕ ਜਾ ਕੇ ਇਹ ਚਰਚ ਪੂਰੀ ਕੰਪਲੀਟ ਹੋ ਜਾਣੀ ਆ ਦੇਖ ਸਕਦੇ ਤੁਸੀਂ ਕੰਮ ਚੱਲ ਰਿਹਾ ਹਜੇ ਵੀ ਕਰੇਨਸ ਵਗੈਰਾ ਲੱਗੀਆਂ ਹੋਈਆਂ ਆ ਅਤੇ ਡੇਲੀ ਰੂਟੀਨ 'ਤੇ ਕੰਮ ਚੱਲਦਾ ਆ ਅਟਰੈਕਸ਼ਨ ਪਲੇਸ ਇਹੀ ਆ ਅਤੇ ਯੈਸ ਸਪੇਨ ਵਿੱਚ ਕਾਫੀ ਸਾਰੀਆਂ ਜਗ੍ਹਾ ਮੈਂ ਘੁੰਮੀਆਂ ਕੱਲ੍ਹ ਅਤੇ ਯੈਸ ਹੇਅਰ ਵੀ ਆਰ ਇੱਥੇ ਆਉਣ ਲਈ ਟਰਾਂਸਪੋਰਟੇਸ਼ਨ ਕਾਫੀ ਈਜ਼ੀ ਆ ਤੁਸੀਂ ਟਿਕਟ ਲੈ ਸਕਦੇ ਹੋ ਫੈਮਲੀ ਅਗਰ ਤੁਸੀਂ 4-5 ਜਣੇ ਜਾਂ 11 ਜਣੇ ਆ ਤੁਸੀਂ ਟਿਕਟ ਲੈ ਸਕਦੇ ਹੋ ਔਰ ਇਹ 30 ਦਿਨਾਂ ਵਿੱਚ 10 ਵਾਰੀ ਜਾਂ 8 ਵਾਰੀ ਯੂਜ਼ ਕਰ ਸਕਦੇ ਹੋ ਔਰ ਟਿਕਟ ਦਾ ਪ੍ਰਾਈਜ਼ ਹੈਗਾ ਆ 10 ਯੂਰੋ ਅਗਰ ਤੁਸੀਂ ਸਿੰਗਲ ਐਂਟਰੀ ਲੈਣੀ ਚਾਹੁੰਦੇ ਹੋ ਤਾਂ ਸਿੰਗਲ ਐਂਟਰੀ ਮਿਲਦੀ ਆ 10 ਟਿਕਟਾਂ 11-11.5 ਯੂਰੋ ਦੀਆਂ ਇਹੀ ਆ ਬੈਸਟ ਟਰਾਂਸਪੋਰਟੇਸ਼ਨ ਔਰ ਅਗਰ ਤੁਸੀਂ ਹੋਪਾ ਬੱਸ ਯੂਜ਼ ਕਰਨੀ ਆ ਉਹਨਾਂ ਨੇ ਸਾਰੇ ਅਟਰੈਕਸ਼ਨ ਇੱਕ ਦਿਨ 'ਚ ਤੁਹਾਨੂੰ ਘੁੰਮਾ ਦੇਣੇ ਆ ਤੁਹਾਡੇ ਤੋਂ ਪਰਟੀਕੁਲਰ ਟਾਈਮ ਹੋਏਗਾ ਹਰ ਡੈਸਟੀਨੇਸ਼ਨ 'ਤੇ ਰੁਕਣ ਦਾ ਔਰ ਨੈਕਸਟ ਬੱਸ ਲੈਣ ਦਾ ਤੁਹਾਡੇ 'ਚ ਕਾਫੀ ਜ਼ਿਆਦਾ ਵਰਾਇਟੀ ਆ ਉਹਦੇ ਵਿੱਚ ਵਾਈਡ ਰੇਂਜਸ ਆ ਅਤੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਅਸੀਂ ਉਹ ਵੀ ਯੂਜ਼ ਕੀਤੀ ਸੀ ਕੱਲ੍ਹ ਪੂਰਾ ਦਿਨ ਉਹਦੇ ਵਿੱਚ ਹੋਪਾ ਬੱਸ ਟਰੈਵਲ ਕੀਤਾ ਜਿਹਦੀ ਕੋਸਟ ਸਾਨੂੰ ਪਈ ਸੀਗੀ 33 ਯੂਰੋ ਪਰ ਪਰਸਨ ਐਂਡ ਯੈਸ ਇਹ ਸੀਗਾ ਸਾਡਾ ਸਪੇਨ ਟ੍ਰਿਪ ਔਰ ਕਾਫੀ ਵਧੀਆ ਰਿਹਾ ਇੰਨਾ ਐਕਸਪੈਂਸਿਵ ਵੀ ਹੈਗਾ ਅਤੇ ਠੀਕ ਸੀਗਾ ਵਧੀਆ ਹੈਗਾ ਤੁਸੀਂ ਆਪਣਾ ਟ੍ਰਿਪ ਕਸਟਮਾਈਜ਼ ਕਰ ਸਕਦੇ ਹੋ ਕਾਫੀ ਸਾਰੀਆਂ ਅਟਰੈਕਸ਼ਨ ਪਲੇਸਿਸ ਆ ਤੁਸੀਂ ਮੇਰੀ ਵੀ ਵਲੌਗ ਦੇਖ ਕੇ ਵੀ ਤੁਹਾਨੂੰ ਕਾਫੀ ਸਾਰੀਆਂ ਇਨਫੋਰਮੇਸ਼ਨ ਮਿਲ ਜਾਏਗੀ ਹੋਰ ਇਨਫੋਰਮੇਸ਼ਨ ਲਈ ਅਗਰ ਤੁਹਾਨੂੰ ਕੋਈ ਜ਼ਰੂਰਤ ਕਿੱਦਾਂ ਪਹੁੰਚ ਸਕਦੇ ਕੋਈ ਲੋਕੇਸ਼ਨ ਤੁਸੀਂ ਦੱਸ ਸਕਦੇ ਹੋ ਮੈਨੂੰ ਮੈਂ ਕਮੈਂਟ ਕਰ ਦਿਆਂਗਾ ਰਿਪਲਾਈ ਕਰ ਦਿਆਂਗਾ ਤੁਹਾਡੇ ਕਮੈਂਟ ਦਾ ਮੇਰੇ ਪਿੱਛੇ ਦੇਖ ਸਕਦੇ ਤੁਸੀਂ ਫਰੀ ਗਾਈਡ ਟੂਰਸ ਵੀ ਲੈ ਸਕਦੇ ਹੋ ਵਾਕਿੰਗ ਟੂਰਸ ਜਿਹੜੇ ਮਿਲਦੇ ਆ ਤੁਸੀਂ ਉਹਨੂੰ ਔਨਲਾਈਨ ਬੁੱਕ ਕਰ ਸਕਦੇ ਹੋ ਜਾਂ ਫਿਰ ਯੈਲੋ ਅੰਬਰੇਲਾ ਜਾਂ ਫਿਰ ਵਾਈਟ ਅੰਬਰੇਲਾ ਕਰਕੇ ਕੁਛ ਕੰਪਨੀਜ਼ ਆ ਉਹ ਵੀ ਤੁਸੀਂ ਬੁੱਕ ਕਰ ਸਕਦੇ ਹੋ
ਅਸੀਂ ਸਵੇਰ ਦੇ ਨਿਕਲੇ ਹੋਏ ਹਾਂ 6:30 ਵਜੇ ਦੇ। ਕਾਫੀ ਸਾਰੀਆਂ ਜਗ੍ਹਾਵਾਂ ਘੁੰਮ ਗਏ ਹਾਂ, ਕੁਛ ਜਗ੍ਹਾਵਾਂ 'ਤੇ ਸੈਕਿੰਡ ਵਾਰ ਜਾਣ ਦਾ ਕੱਲ੍ਹ ਗਏ ਸੀ, ਅਸੀਂ ਅੱਜ ਵੀ ਜਾਣ ਦਾ ਪਲਾਨ ਹੈਗਾ ਅਤੇ ਗੱਲ ਬਣਦੀ ਆ। ਫਿਲਹਾਲ ਤਾਂ ਵਧੀਆ ਆ, ਵਧੀਆ ਆ, ਫੀਲਿੰਗ ਆ ਰਹੀ ਹੈ ਵਧੀਆ। ਪੰਜਾਬੀ ਬਹੁਤ ਘੱਟ ਮਿਲੇ ਮੈਨੂੰ ਇੱਥੇ, ਪੰਜਾਬੀ ਮਤਲਬ ਬਹੁਤ ਹੀ ਘੱਟ, ਰੈਸਟੋਰੈਂਟ ਵੀ ਬਹੁਤ ਘੱਟ ਮਿਲੇ ਬਾਰਸੀਲੋਨਾ। ਸ਼ਾਇਦ ਮੈਂ ਇੰਨਾ ਘੁੰਮਿਆ ਨਹੀਂ ਹੈਗਾ ਉਹ ਜਗ੍ਹਾਵਾਂ 'ਤੇ ਜਿੱਥੇ ਰੈਸਟੋਰੈਂਟ ਹੈਗੇ ਆ ਨੌਰਥ ਇੰਡੀਅਨ, ਬਟ ਵੈਰੀ ਰੇਅਰ। ਕਾਫੀ ਸਾਰੇ ਮੈਂ ਚਾਈਨੀਜ਼ ਔਰ ਕੋਰੀਅਨ ਕੁਜ਼ੀਨ ਟਰਾਈ ਕੀਤਾ ਕੱਲ੍ਹ, ਵਧੀਆ ਸੀਗਾ, ਇੰਨਾ ਐਕਸਪੈਂਸਿਵ ਨਹੀਂ ਹੈਗਾ ਅਤੇ ਵਧੀਆ ਵਧੀਆ ਰਿਹਾ ਐਕਸਪੀਰੀਅੰਸ। ਗਰਮੀ ਕਾਫੀ ਆ, ਐਕਸਪੈਕਟ ਨਹੀਂ ਕੀਤੀ ਸੀਗੀ ਇੰਨੀ ਗਰਮੀ, ਬਟ ਠੀਕ ਆ, ਵਧੀਆ। ਤਿੰਨ ਦਿਨਾਂ ਦਾ ਹੈਗਾ ਟ੍ਰਿਪ ਸੀਗਾ ਅਤੇ ਵਧੀਆ ਰਿਹਾ ਐਕਸਪੀਰੀਅੰਸ। ਇੱਥੇ ਦੀ ਸਭ ਤੋਂ ਫੇਮਸ ਚਰਚ ਹੈ ਇਹ, ਅਤੇ ਇਹਨਾਂ ਨੇ ਹੁਣੇ ਹੀ ਸਟੈਚੂ ਲਗਾਇਆ ਵਾਲਾ ਉੱਤੇ। ਇਹ ਜਿਹੜੇ ਹੁਣੇ ਹੀ ਨਵੇਂ ਸਟੈਚੂ ਇਹਨਾਂ ਨੇ ਇੱਕ ਛੋਟੀ ਜਿਹੀ ਬਹੁਤ ਹੀ ਬਿਊਟੀਫੁਲ ਪਾਰਕ ਆ ਸਗਰਾਦਾ ਦੀ ਫੈਮਿਲੀਆ ਬਿਲਕੁਲ ਸਾਹਮਣੇ, ਅਤੇ ਆ ਜਾਓ ਛੋਟੇ ਛੋਟੇ ਟੈਪਸ ਇੱਥੇ ਜਿੱਥੇ ਤੁਸੀਂ ਫਰੈਸ਼ ਪਾਣੀ ਪੀ ਸਕਦੇ ਹੋ। ਮੈਂ ਵੀ ਟਰਾਈ ਕਰਦਾ, ਮੈਂ ਕਦੇ ਟਰਾਈ ਨਹੀਂ ਕੀਤਾ ਬਟ ਕਰਦੇ ਹਾਂ ਟਰਾਈ। ਫਰੈਸ਼ ਵਾਟਰ ਫਰੋਮ ਦਾ ਨੇਚਰ, ਸਗਰਾਦਾ ਦੀ ਫੈਮਿਲੀਆ ਦਾ ਇੱਕ ਬੈਸਟ ਸਪੋਟ ਹੈ ਫੋਟੋ ਖਿੱਚਣ ਦਾ, ਉਹ ਹੈਗਾ ਇਹ ਵਾਲਾ। ਅਵੋਇਡ ਕਰੋ ਉਹ ਵਾਲੀਆਂ ਪਲੇਸਿਸ, ਕਿਉਂਕਿ ਇੱਥੇ ਤੁਹਾਨੂੰ ਬਹੁਤ ਵਧੀਆ ਸ਼ੋਟ ਮਿਲ ਸਕਦੇ ਆ, ਔਰ ਕਿਉਂਕਿ ਸਾਰੇ ਉੱਥੇ ਖਿਚਵਾਉਣਾ ਚਾਹੁੰਦੇ ਆ ਅਤੇ ਇਸ ਕਰਕੇ ਬਹੁਤ ਕਰਾਊਡਡ ਹੈ। ਯੈਸ, ਹਿਡਨ ਪਲੇਸ, ਵਾਟ ਯੂ ਵਾਂਟ ਟੂ ਸੇ ਅਬਾਊਟ ਦਿਸ ਪਲੇਸ ਇਨ ਫਰੰਟ ਆਫ ਫੈਮਿਲੀਆ ਸਗਰਾਦਾ ਫੈਮਿਲੀਆ? Very disappointing because people are throwing their trash in it. Yeah. And can say they have to take care of the place since it's like miraculous church, you know, they have to respect it. That's what I can say. What do you think? ਤੁਸੀਂ ਦੇਖ ਸਕਦੇ ਹੋ ਯਾਰ ਕਿੰਨਾ ਗੰਦ ਹੈ, ਔਰ ਇਹ ਬਹੁਤ ਹੀ ਫੇਮਸ ਸਪੋਟ ਹੈ, ਸਾਰੇ ਜਣੇ ਇੱਥੇ ਬੈਠ ਕੇ ਫੋਟੋਜ਼ ਵਗੈਰਾ ਖਿਚਾ ਰਹੇ ਹੋ। ਤੁਸੀਂ ਇੱਧਰ ਵੀ ਦੇਖ ਸਕਦੇ ਹੋ ਬਹੁਤ ਰਸ਼ ਅੱਗੇ ਆ, ਔਰ ਬਹੁਤ ਹੀ ਬਿਊਟੀਫੁਲ ਛੋਟਾ ਜਿਹਾ ਪੌਂਡ ਹੈ, ਔਰ ਕੀ ਕਹਿ ਸਕਦੇ ਯਾਰ, ਹਮੇਸ਼ਾ ਇੱਦਾਂ ਹੀ ਆ। ਵੈਟੀਕਨ ਸਿਟੀ ਗਏ ਸੀਗੇ, ਰੋਮ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇੰਨਾ ਜ਼ਿਆਦਾ ਗੰਦ ਹੈ, ਇੱਥੇ ਵੀ ਇੰਨਾ ਗੰਦ ਹੈ, ਔਰ ਬਿਲਕੁਲ ਸਾਹਮਣੇ ਆ ਸਗਰਾਦਾ ਦੀ ਫੈਮਿਲੀਆ, ਬਿਲਕੁਲ ਸਾਹਮਣੇ, ਕੀ ਕਹਿ ਸਕਦੇ ਯਾਰ। ਪਲੀਜ਼ ਟੇਕ ਕੇਅਰ ਆਫ ਸੱਚ ਬਿਊਟੀਫੁਲ ਪਲੇਸ, ਜਸਟ ਟੇਕ ਕੇਅਰ ਐਜ਼ ਅ ਪ੍ਰੋਸਪੈਕਟਿਵ ਆਫ ਟੂਰਿਸਟਿਕ ਟੂਰਿਜ਼ਮ, ਹੈਵ ਟੂ ਸਟੈਂਡ ਫੋਰ ਇਟ। ਇਹ ਬਹੁਤ ਹੀ ਫੇਮਸ ਪਲੇਸ ਹੈ, ਲੋਕ ਉੱਥੇ ਲਾਈਨ ਲਗਾ ਕੇ ਖੜ੍ਹੇ ਹੋਏ ਆ ਤਾਂ ਜੋ ਉਹਨਾਂ ਦੀ ਵਾਰੀ ਆ ਸਕੇ ਫੋਟੋ ਖਿਚਾਉਣ ਦੀ।
see the nature here. So beautiful. बहुत ही प्यारी जगह यार. फिलहाल मेरा पहला दिन का एक्सपीरियंस कुछ ना इन्ना कुछ खास नहीं सगा, बट जिदा जिदा दिन पास होता गया. कल शाम ही असं एक चर्च गए थे, द सेक्रेड ऑफ द लाइफ ऑफ जीसस. बहुत ही ब्यूटीफुल थी. उस तो बाद बहुत ही बढ़िया स्पॉट्स मिले, काफ़ी सारे स्पॉट्स और बहुत ही ब्यूटीफुल जगह. ये बहुत ही फेमस जगह है, थोड़ी दूर तो है, उसके बाद फेमिलिया तो, बट काफ़ी बढ़िया व्यू आ रहा है इतों.